ਮਲੋਟ ਪੁਲਿਸ ਨੇ ਚੋਰੀ ਦੇ ਮਾਮਲੇ ਵਿੱਚ 6 ਨੌਜਵਾਨਾਂ ਨੂੰ ਕਾਬੂ ਕਰ ਲਿਆ। ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਪਾਸੋਂ ਚੋਰੀ ਦੇ 7 ਮੋਬਾਈਲ ਫੋਨ, 1 ਕਾਰ ਅਤੇ 1 ਮੋਟਰਸਾਈਕਲ ਵੀ ਬਰਾਮਦ ਕੀਤਾ। ਮਲੋਟ ਪੁਲਿਸ ਨੇ ਚੋਰ ਗਰੋਹ ਦੇ ਕੁਝ ਮੈਂਬਰਾਂ ਨੂੰ ਚੋਰੀ ਦੇ ਸਮਾਨ ਸਮੇਤ ਹਿਰਾਸਤ ਵਿੱਚ ਲੈ ਲਿਆ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ DSP ਮਲੋਟ ਭੁਪਿੰਦਰ ਸਿੰਘ ਨੇ ਦੱਸਿਆ ਕਿ ਨੌਜਵਾਨਾਂ ਦਾ ਇਹ ਚੋਰ ਗਰੋਹ ਪਿਛਲੇ ਸਮੇਂ ਤੋਂ ਇਲਾਕੇ ਵਿੱਚ ਸਰਗਰਮ ਸੀ। ਉਹਨਾਂ ਦੱਸਿਆ ਕਿ ਗਰੋਹ ਦੇ 3 ਮੈਂਬਰਾਂ ਨੇ 1 ਮੋਬਾਈਲ ਫੋਨ ਖੋਇਆ ਸੀ, ਜਿਸ ਵੱਲੋਂ ਦਰਜ ਕਰਵਾਈ ਰਿਪੋਰਟ ਦੇ ਆਧਾਰ 'ਤੇ ਚੋਰ ਗਰੋਹ ਦੇ 6 ਮੈਂਬਰਾਂ ਦੀ ਪੈੜ ਨੱਪ ਲਈ। ਪੁਲਿਸ ਅਧਿਕਾਰੀ ਦਾ ਕਹਿਣਾ ਸੀ ਕਿ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਜਾਣਕਾਰੀ ਲਈ ਜਾਵੇਗੀ। ਸਿੰਘ ਨਾਮ ਦਾ ਵਿਅਕਤੀ ਦੁਪਹਿਰ ਨੂੰ ਜਾ ਰਿਹਾ ਸੀ, ਜਿਹਦੇ ਕੋਲ ਮੋਬਾਈਲ ਫੋਨ ਲੈ ਕੇ, ਮੋਟਰਸਾਈਕਲ 'ਤੇ 2 ਅਨਆਈਡੈਂਟੀਫਾਈ ਬੰਦੇ ਮੋਬਾਈਲ ਫੋਨ ਲੈ ਕੇ ਚਲੇ ਗਏ, ਭੱਜ ਗਏ, ਜਿਨ੍ਹਾਂ 'ਤੇ ਕੰਪਲੇਂਟ ਦਰਜ ਕਰਕੇ ਪਰਚਾ ਦਰਜ ਕੀਤਾ ਗਿਆ। ਪਰਚਾ ਦਰਜ ਕਰਨ ਤੋਂ ਬਾਅਦ ਉਹ ਬੰਦੇ ਅਨਆਈਡੈਂਟੀਫਾਈ ਕਰਨ ਤੋਂ ਬਾਅਦ ਫੜਿਆ ਗਿਆ, ਫੜ ਕੇ ਉਹਨਾਂ ਨੂੰ ਡੈਰੋਗੇਟ ਕੀਤਾ ਗਿਆ। ਡੈਰੋਗੇਸ਼ਨ ਦੌਰਾਨ ਉਹਨਾਂ ਨੇ ਮੰਨਿਆ ਵੀ ਇਹ ਮੋਬਾਈਲ ਫੋਨ ਅਸੀਂ ਖੋਇਆ। ਉਸ ਤੋਂ ਬਾਅਦ 7 ਮੋਬਾਈਲ ਫੋਨ ਉਹਨਾਂ ਤੋਂ ਹੋਰ ਰਿਕਵਰ ਕੀਤੇ ਗਏ, ਜਿਨ੍ਹਾਂ ਵਿੱਚ ਦੱਸਿਆ ਵੀ ਆਹ ਬੰਦੇ ਤੁਸੀਂ ਅਲੱਗ ਅਲੱਗ ਜਗ੍ਹਾ ਤੋਂ ਮੋਬਾਈਲ ਖੋਇਆ, ਕਿਉਂਕਿ 7 ਹੋਰ ਸਾਡੇ ਮੁਕੱਦਮੇ ਟਰੇਸ ਹੋ ਗਏ ਇਹਦੇ ਨਾਲ। ਉਸ ਤੋਂ ਬਾਅਦ ਇਹਨਾਂ ਕੋਲ ਮੋਟਰਸਾਈਕਲ ਜਿਹੜਾ ਪਲਟੀਨਾ ਸੀ ਉਹ ਵੀ ਚੋਰੀ ਦਾ ਸੀ, ਉਹ ਵੀ ਰਿਕਵਰ ਕੀਤਾ ਗਿਆ। ਇੱਕ ਕਾਰ ਜੈਨ ਕਾਰ ਸਿਲੋ ਕਲਰ ਦੀ ਜੋ ਉਹਨਾਂ ਨੇ ਚੋਰੀ ਕੀਤੀ ਸੀ ਉਹਦੇ ਵੀ ਰਿਕਵਰ ਕੀਤੀ ਗਈ, ਜਿਹਦੇ ਬਾਰੇ ਉਹਨਾਂ ਮਾਲਕਾਂ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਦੇ ਬਾਰੇ ਕੀਤੀਆਂ ਜਾਣਗੀਆਂ। ਗਿੱਦੜਬਾਹਾ ਤੋਂ ਸੋਨੀ ਡੱਲਾ ਦੀ ਰਿਪੋਰਟ।